ਕਿਆ ਜਾਂਦਾ ਕਿ ਸਟੂਡੈਂਟਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਫਾਈਨੈਂਸ਼ੀਅਲ ਮੁਸ਼ਕਲਾਂ ਨੇ ਕਮਾਂਕਾਰਾਂ ਦੀਆਂ ਮੁਸ਼ਕਲਾਂ ਨੇ ਨਵੇਂ ਕੰਟਰੀ ਦੇ ਵਿੱਚ ਆ ਕੇ ਸੈਟਲ ਹੋਣ ਦੀ ਮੁਸ਼ਕਲ ਉਹ ਜਿਆਦਾ ਮੁਸ਼ਕਲ ਜੋ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਤੁਸੀਂ ਕੀ ਐਕਸਪੀਰੀਅੰਸ ਕਰੇ ਜਦੋਂ ਮੈਂ ਆਈ ਸੀਗੀ ਮੈਂ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਤਾਂ 18 ਇਅਰਜ਼ ਦੀ ਸੀ ਜਮਾ ਛੋਟੀ ਸੀ ਬਹੁਤ 18 ਸਾਲਾਂ ਦੀ ਸੀਗੀ ਜਿਵੇਂ ਛਾਈ ਸੀ ਐਕਸਪੀਰੀਅੰਸ ਨਹੀਂ ਸੀਗਾ ਇੰਡੀਆਸ ਦਾ ਪੇਰੈਂਟਸ ਹਮੇ ਆਪਣਾ ਧਿਆਨ ਰੱਖਦੇ ਨੇ ਜੀ ਬਿਲਕੁਲ ਪਰ ਇੱਥੇ ਬਿਲਕੁਲ ਇੱਕ ਰਿਐਲਿਟੀ ਚੈੱਕ ਹੁੰਦਾ ਇਕਦਮ ਇੱਕ ਰੀਅਲ ਵਰਡ ਚ ਤੁਸੀਂ ਆਉਂਦੇ ਆ ਫਿਰ ਜਿੱਥੇ ਐਕਚੁਅਲੀ ਗਾ ਸੱਚੀ ਹੁੰਦੀ ਹੈ ਕਿ ਮਾਂ ਬੋ ਤਾਂ ਬਕਸ ਦਿੰਦੇ ਆ ਪਰ ਦੁਨੀਆ ਨੇ ਬਕਸ ਦੀ ਕਾਲਜ ਵੀ ਮੈਨੇਜ ਕਰਨਾ ਫਿਰ ਖਰੀਆਣਾ ਰੋਟੀ ਨਹੀਂ ਹੋਣੀ ਫਿਰ ਮਤਲਬ ਉਦੋਂ ਮੰਮੀ ਬਹੁਤ ਯਾਦ ਆਣੇ ਸ਼ਿਫਟਾਂ ਵਾਲੀਆਂ ਤੇ ਫਿਰ ਕਦੇ ਰੋਟੀ ਵੀ ਆਪ ਬਣਾਉਣੀ ਤੇ ਕਈ ਵਾਰ ਜਦੋਂ ਮੈਨੇਜਰਾਂ ਨੇ ਬੋਲ ਦੇਣਾ ਕੰਮ ਤੇ ਕਈ ਵਾਰ ਸਕੂਲ 'ਚ ਕੁਝ ਹੋ ਜਾਣਾ ਫਿਰ ਮੈਨੂੰ ਆ ਚੀਜ਼ਾਂ ਬਹੁਤ ਹਟ ਹੁੰਦੀਆਂ ਸੀ ਕਹਿੰਦੇ ਤਾਂ ਲੱਗਦਾ ਕਿ 18 ਸਾਲ ਦੀ ਏਜ ਦੇ ਵਿੱਚ ਘਰਦਿਆਂ ਨੂੰ ਆਪਣੀਆਂ ਕੁੜੀਆਂ ਨੂੰ ਇੰਨੀ ਦੂਰ ਇੱਕ ਬਗਾਨੇ ਕਰਕੇ ਭੇਜ ਜਾਣਾ ਚਾਹੀਦਾ ਕੀ ਇਸ ਸਾਰਾ ਕੁਝ ਠੀਕ ਹੈ ਹਰ ਕੋਈ ਨਾ ਫਾਈਨੈਂਸ਼ਲੀ ਨਹੀਂ ਸਟਰੋਂਗ ਹੁੰਦਾ ਕਿਉਂਕਿ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਫੀਸ ਵੀ ਅਪੋਰਟ ਕਰ ਰਹੇ ਜੀ 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 ਤੋਂ ਡੈਫੀਨਟਲੀ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦਾ ਹੈ ਕਈ ਵਾਰ ਤਾਂ ਅਕਾਊਂਟ ਟਿੱਕੇ ਕਿ ਡਾਲਰ ਰਹਿ ਜਾਂਦਾ ਹੈ ਬਟ ਯੂ ਆਪ ਕੋ ਮੈਨੇਜ ਜੀ ਬਿਲਕੁਲ ਅਚਲੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਇੰਡੀਆ ਦੇ ਵਿੱਚ ਬੱਚੇ ਪੈਰੈਂਟਸ ਨੂੰ ਇਹ ਚੀਜ਼ ਸਮਝ ਨਹੀਂ ਪੈਣੀ ਆ ਕਿ ਆਪਣੇ ਬੱਚਿਆਂ ਨੂੰ ਇੰਨਾ ਪ੍ਰੈਸ਼ਰਾਈਜ਼ ਨਾ ਕਰੋ ਕਿ ਵੀ ਉਹ ਜ਼ਿੰਦਗੀ ਦੇ ਵਿੱਚ ਜਾਂ ਆਪਣੇ ਕੰਫੀਡੈਂਸ ਲੂਜ਼ ਕਰ ਜਾਣ ਜਾਂ ਉਹ ਆਪਣੇ ਮੈਂਟਲ ਹੈਲਥ ਦੇ ਵਿੱਚ ਇਸ਼ੂਜ਼ ਦੇ ਵਿੱਚ ਆ ਜਾਣ ਕਿਉਂਕਿ ਮੈਂਟਲ ਹੈਲ ਬਾਰਨ ਸਟ੍ਰੈਸ ਆ ਕਾਲਜ ਦੇ ਕੰਮ ਦੀ ਸਟ੍ਰੈਸ ਆ ਪੈਸਿਆਂ ਦੀ ਸਟ੍ਰੈਸ ਆ ਫੀਸ ਕਿੱਥੋਂ ਦੇਣੀ ਉਹ ਵੀ ਸਟ੍ਰੈਸ ਆ ਪਿੱਛੋਂ 40 ਲੱਖ ਭੇਜਣ ਦੀ ਸਟ੍ਰੈਸ ਹੈ ਇਹ ਬਹੁਤ ਵੱਡੀ ਹੈ ਯਾਨੀ ਮਤਲਬ ਯਾਰ ਜਿਹੜੇ ਇਹਦੇ ਪੁਰਾਣੇ ਹੋ ਗਏ ਜਿਹਨਾਂ ਨੂੰ ਕਾਫੀ ਟਾਈਮ ਹੋ ਗਿਆ ਉਹ ਕਹਿੰਦੇ ਆ ਕਿ ਇਹਨਾਂ ਨੇ ਗੰਦ ਪਾਇਆ ਚਪਲਾਂ ਪਾ ਕੇ ਬਾਹਰ ਆ ਜਾਂਦੇ ਆ ਇੱਦਾਂ ਦਾ ਕਾਫੀ ਕੁਝ ਬੋਲਦੇ ਆ ਕਿ ਕੁੜੀਆਂ ਨੇ ਛੋਟੀਆਂ ਡਰੈੱਸਾਂ ਕਿਉਂ ਪਾਈਆਂ ਸੋ ਮੈਨੂੰ ਇਹਦਾ ਲੱਗਦਾ ਸਭ ਤੋਂ ਪਹਿਲਾਂ ਕਿ ਜੇ ਉਹਨਾਂ ਨੇ ਮਹਿੰਗੀਆਂ ਗੱਡੀਆਂ ਵੀ ਲਈਆਂ ਤਾਂ ਤੁਸੀਂ ਥੋੜੀ ਉਹਨਾਂ ਦੇ ਕਿਸ਼ਤਾਂ ਤਾਰ ਰਹੇ ਆ ਤੁਸੀਂ ਕਿਉਂ ਦੁਖੀ ਹੋ ਰਹੇ ਆ ਵਿਆਹ ਕਰ ਕਿਸ ਨੇ ਕਿ ਸੇ ਪਸੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਜਾਰੇ ਚੱਲਦੇ ਸੀ ਤੇ ਇੱਕ ਨਹੀਂ ਦੋ ਨਹੀਂ 700 ਬੰਦੇ ਦਾ ਫੋਨ ਨੰਬਰ ਸਾਡੇ ਕੋਲ ਆਇਆ ਜਿਨ੍ਹਾਂ ਨੂੰ ਉਹਨਾਂ ਜਿਹੜੀਆਂ ਆ ਘਰਵਾਲੀਆਂ ਨਹੀਂ ਜਿਹੜੀਆਂ ਇੱਧਰ ਸਟੂਡੈਂਟ ਵੀਜ਼ਾ ਤੇ ਨੇ ਉਹ ਛੱਡ ਚੁੱਕੇ ਨੇ ਹੁੰਦਾ ਐਦਾ ਕਿ ਕੁੜੀਆਂ ਵਿਆਹ ਕਰਾ ਕੇ ਬਾਹਰ ਆ ਜਾਂਦੀਆਂ ਨੇ ਹੁਣ ਤਾਂ ਬਿਜ਼ਨਸ ਹੋ ਗਿਆ ਹੁਣ ਤਾਂ ਇੰਡੀਆ ਬਿਜ਼ਨਸ ਚੱਲ ਰਿਹਾ ਹੈ ਜੀ ਬਿਲਕੁਲ ਮਤਲਬ ਵਿਆਹ ਕਰਾ ਕੇ ਬਾਹਰ ਜਾਣਾ ਹੈਗਾ ਬਾਹਰ ਆਂਦੀਆਂ ਤੇ ਵਿਚਾਰੇ ਮੁੰਡੇ ਪਿੱਛੇ ਡਿੱਗਦੇ ਰਹਿੰਦੇ ਆ ਫਿਰ ਉਹ ਇੱਥੇ ਆਂਦੀਆਂ ਫਿਰ ਉਹ ਕਿਸੇ ਹੋਰ ਨੂੰ ਮਿਲਦੀਆਂ ਉਹਨਾਂ ਨੂੰ ਉਹ ਵਧੀਆ ਲੱਗਦਾ ਬੰਦਾ ਉਹ ਉਹਨਾਂ ਦਾ ਹਸਬੰਡ ਜੋ ਵੀ ਇੰਡੀਆ ਰਹਿ ਜਾਂਦਾ ਇੰਡੀਆ ਰਹਿ ਜਾਂਦੇ ਉਹ ਕਈ ਵਾਰ ਇਹਨਾਂ ਸੋਚ ਨਹੀਂ ਪਾਉਂਦੇ ਕਿਉਂਕਿ ਅ ਦੁਨੀਆ ਥੋੜੀ ਜੀ ਹਾਰਸ਼ ਹੈਗੀ ਐ ਤੇ ਜੋ ਆਪਣੇ ਮੂੰਹ ਤੋਂ ਲੋਕ ਹੁੰਦੇ ਉਹ ਅਸਲ 'ਚ ਨਹੀਂ ਹੁੰਦੇ ਹੈਗੇ ਤੇ ਇੱਥੇ ਜਦੋਂ ਉਹਨਾਂ ਨੂੰ ਕੋਈ ਚਾਰ ਗੱਲਾਂ ਕੰਮ ਕਰ ਛੱਡ ਦਿੰਦੇ ਆ ਜੋ ਬਹੁਤ ਗਲਤ ਆ ਕਿ ਵਟ ਏਵਰ ਯੂਅਰ ਇਸ਼ੂ ਇਜ਼ ਮੈਨੀ ਐਂਡ ਹਮੇਸ਼ਾ ਹਸਬੰਡ ਗਲਤ ਹੁੰਦੇ ਆ ਜਾਂ ਹਮੇਸ਼ਾ ਵਾਈਫ ਗਲਤ ਹੁੰਦੀ ਆ ਪਰ ਜੇ ਆਪਣਾ ਇਸ਼ੂ ਸੌਟ ਆਊਟ ਕਰੋ ਅਗਲੇ ਨੇ ਇਹਨਾਂ ਫੈਸਲਾ ਲਾ ਕੇ ਤੁਹਾਨੂੰ ਭੇਜਿਆ ਬਾਹਰ ਤੁਸੀਂ ਘਟੋ ਘਟੋ ਨਾਲ ਦੇ ਮੁੰਡੇ ਨੂੰ ਤਾਂ ਸੱਦ ਲੋ ਬਾਹਰ ਟੀਵੀ ਆਰਾਈ ਦੇਖ ਰਹੇ ਸਭ ਦਰਸ਼ਕਾਂ ਦਾ ਅੱਜ ਦੇ ਸਪੈਸ਼ਲ ਸ਼ੋਅ ਦ ਪ੍ਰਦੀਪ ਸਿੰਘ ਸ਼ੋਅ ਦੇ ਵਿੱਚ ਸੁਆਗਤ ਹੈ ਗੱਲ ਕਰਨ ਜਾ ਰਹੇ ਆ ਇੰਟਰਨੈਸ਼ਨਲ ਸਟੂਡੈਂਟਸ ਕੀ ਕੀ ਤੰਗੀਆਂ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤੇ ਤੁਮੇਰੇ ਟੈਨ ਨੂੰ ਕੀ ਕੀ ਪ੍ਰੋਬਲਮਸ ਕੁਝ ਇੱਕ ਲੋਕਾਂ ਨੂੰ ਕਮਿਊਨਿਟੀ ਦੇ ਵਿੱਚ ਲੱਗ ਰਿਹਾ ਹੈ ਕਿ ਕੀ ਕੀ ਪ੍ਰੋਬਲਮਸ ਸਟੂਡੈਂਟਸ ਦੇ ਕਰਕੇ ਥਿਆਰੀਆਂ ਨੇ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਸਾਡੇ ਸਟੂਡੀਓਜ਼ ਵਿੱਚ ਅੱਜ ਪਹੁੰਚੇ ਨੇ ਨਿਹਵਤਰਾ ਜੀ ਉਹ ਖੁਦ ਆਪ ਇੱਕ ਇੰਟਰਨੈਸ਼ਨਲ ਸਟੂਡੈਂਟ ਸਟੂਡੈਂਟ ਨੇ ਤੇ ਇਸ ਲਾਈਫ ਨੂੰ ਐਕਸਪੀਰੀਅੰਸ ਕੀਤਾ ਹੈ ਤੇ ਕਰ ਰਹੇ ਨੇ ਨਿਹਾ ਜੀ ਤੁਹਾਡਾ ਅੱਜ ਦੇ ਸਪੈਸ਼ਲ ਚੋਅ ਦੇ ਵਿੱਚ ਸਵਾਗਤ ਹੈ ਕਿਵੇਂ ਤੁਸੀਂ ਮੈਂ ਬਹੁਤ ਬਹੁਤ ਥੈਂਕ ਯੂ ਸੋ ਮਾਚਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਨਿਹਾ ਜੀ ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਕਿਆ ਜਾਂਦਾ ਕਿ ਸਟੂਡੈਂਟਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਫਾਈਨੈਂਸ਼ੀਅਲ ਮੁਸ਼ਕਲਾਂ ਨੇ ਕਮਾਂ ਕਰਾਉਣ ਦੀਆਂ ਮੁਸ਼ਕਲਾਂ ਨੇ ਨਵੇਂ ਕੰਟਰੀ ਦੇ ਵਿੱਚ ਆ ਕੇ ਸੈਟਲ ਹੋਣ ਦੀਆਂ ਮੁਸ਼ਕਲਾਂ ਨੇ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਇੱਥੋਂ ਦੇ ਲੋਕਾਂ ਦੇ ਵਿੱਚ ਵਿਚਰਨਾ ਟਰਾਂਸਪੋਰਟੇਸ਼ਨ ਦੇ ਮੁਸ਼ਕਲਾਂ ਬਾਹਰਲੇ ਹਾਰਚ ਬੈਦਰ ਜਿੱਤੇ ਕਿ ਬਹੁਤ ਜ਼ਿਆਦਾ ਠੰਡ ਉਹਦਾ ਵੀ ਇਸ਼ੂ ਆ ਰਹੇ ਆਉਂਦੇ ਨੇ ਸਭ ਤੋਂ ਜ਼ਿਆਦਾ ਮੁਸ਼ਕਲ ਜੋ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਤੁਸੀਂ ਕੀ ਐਕਸਪੀਰੀਅੰਸ ਕਰੀ ਆ ਜਦੋਂ ਮੈਂ ਆਈ ਸੀਗੀ ਮੈਂ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਤਾਂ 18 ইয়ারਜ਼ ਦੀ ਸੀ ਜਮਾ ਛੋਟੀ ਸੀ ਬਹੁਤ 18 ਸਾਲਾ ਦੀ ਸੀਗੀ ਜਦੋਂ ਮੈਂ ਇੱਥੇ ਆਈ ਸੀ ਐਕਸਪੀਰੀਅੰਸ ਨਹੀਂ ਸੀਗਾ ਇੰਡੀਆਸ ਦਾ ਪੇਰੈਂਟਸ ਹੁੰਦੇ ਆਪਣਾ ਧਿਆਨ ਰੱਖਦੇ ਨੇ ਜੀ ਬਿਲਕੁਲ ਪਰ ਇੱਥੇ ਬਿਲਕੁਲ ਇੱਕ ਰਿਐਲਿਟੀ ਚੈੱਕ ਹੁੰਦਾ ਇਕਦਮ ਇੱਕ ਰੀਅਲ ਵਰਡ ਚ ਤੁਸੀਂ ਆਉਂਦੇ ਆ ਫਿਰ ਇੱਥੇ ਐਕਚੁਅਲੀ ਗੱਲ ਸੱਚੀ ਹੁੰਦੀ ਹੈ ਕਿ ਮਾਂ ਬਿਓ ਤਬ ਬਖਸ਼ ਦਿੰਦੇ ਆ ਪਰ ਦੁਨੀਆ ਨੇ ਬਖਸ਼ਦੀ ਤਾ ਫਿਰ ਇਹ ਗੱਲ ਜਿਹੜੀ ਹੈ ਉਹ ਇੱਥੇ ਆ ਕੇ ਮੈਂ ਸਿੱਖਿਆ ਬਹੁਤ ਕੁਝ ਤਮੈਨੂੰ ਤਾਂ ਪਹਿਲਾਂ ਤਾਂ ਹੋਮ ਸਿਕਨੈਸ ਕਿ ਜਦੋਂ ਕੋਵਿਡ ਦਾ ਹਾਂਜੀ ਕਾਲਜ ਵੀ ਮੈਨੇਜ ਕਰਨਾ ਫਿਰ ਘਰੇ ਆਉਣਾ ਰੋਟੀ ਨਹੀਂ ਹੋਣੀ ਫਿਰ ਮਤਲਬ ਉਦੋਂ ਮੰਮੀ ਬਹੁਤ ਯਾਦ ਆਣੇ ਜਦੋਂ ਸ਼ਿਫਟਾਂ ਆਣੀਆਂ ਤੇ ਫਿਰ ਘਰੇ ਰੋਟੀ ਵੀ ਆਪ ਬਣਾਉਣੀ ਤੇ ਕਈ ਵਾਰ ਜਦੋਂ ਮੈਨੇਜਰਾਂ ਨੇ ਬੋਲ ਦੇਣਾ ਕੰਮ ਤੇ ਕਈ ਵਾਰ ਸਕੂਲ 'ਚ ਕੁਝ ਹੋ ਜਾਣਾ ਫਿਰ ਮੈਨੂੰ ਆਹ ਚੀਜ਼ਾਂ ਬਹੁਤ ਹਟ ਹੁੰਦੀਆਂ ਸੀ ਗੈਨ ਦਾ ਬਿਗਨਿੰਗ ਜੀ ਪਰ ਇੱਕ ਤੁਸੀਂ ਗੱਲ ਕਹੀ ਕਿ 18 ਸਾਲ ਦੇ ਸੀ ਤੁਸੀਂ ਜਦੋਂ ਆ ਗਏ ਜੀ ਇੱਕ ਦੂਜਾ ਕੰਟਰੀ ਇੱਕ ਕੰਟਰੀ ਜਿੱਥੇ ਤੁਹਾਨੂੰ ਕੋਈ ਵੀ ਜਾਣ ਪਛਾਣ ਨਹੀਂ ਕੋਈ ਸਿਸਟਮ ਨਹੀਂ ਤਾਂ ਲੱਗਦਾ ਕਿ 18 ਸਾਲ ਦੀ ਏਜ ਦੇ ਵਿੱਚ ਘਰਦਿਆਂ ਨੂੰ ਆਪਣੀਆਂ ਕੁੜੀਆਂ ਨੂੰ ਇੰਨੀ ਦੂਰ ਇੱਕ ਬਗਾਨੇ ਕੰਟਰੀ ਚ ਭੇਜ ਦੇਣਾ ਚਾਹੀਦਾ ਕਿ ਇਸ ਸਾਰਾ ਕੁਝ ਠੀਕ ਹੈ ਕਿਉਂਕਿ ਮੈਨੂੰ ਇਹ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਨੂੰ ਦੱਸਣ ਦੇ ਵਿੱਚ ਆਈ ਹੈ ਕਿ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਸਿਚੁਏਸ਼ਨਸ ਦੀ ਬਹੁਤ ਫੇਸ ਕਰਨੇ ਪੈਂਦੇ ਕਿਉਂਕਿ ਕਾਲਜਸ ਦੀਆਂ ਫੀਸਸ ਬਹੁਤ ਜ਼ਿਆਦਾ ਨੇ ਉਹ ਇਨਕਮ 20 ਆਵਰਸ ਨਹੀਂ ਜਿਹੜੇ ਉਹ ਕਰ ਸਕਦੇ ਬਦ ਤੋਂ ਬਦ ਉਹ ਵੀ ਜੇ ਮਿਲ ਜਵੇ ਸਹੀ ਹੈ ਚੁਕਿ ਐਂਡ ਪੇਰੈਂਟਸ ਪਿੱਛੋਂ ਇੰਨੀ ਜ਼ਿਆਦਾ ਵੱਡੀ ਸਪੋਰਟ ਨਹੀਂ ਕਰ ਸਕਦੇ ਕਿ ਉਹ ਬੱਚੇ ਨੂੰ ਇੱਥੇ ਇੰਨੀ ਜ਼ਿਆਦਾ ਐਕਸਪੈਂਸ ਕੋਲੋਂ ਇੰਡੀਆ ਤੋਂ ਪੈਸੇ ਭੇਜ ਕੇ ਕਵਰ ਕਰਵਾ ਸਕੇ ਕੀ ਕਹਿਣਾ ਚਾਹੁੰਦੇ ਤੁਸੀਂ ਅਜੀ ਡੈਫੀਨਿਟਲੀ ਫਾਈਨੈਂਸ਼ੀਅਲ ਤਾਂ ਬਹੁਤ ਇਸ਼ੂ ਆਉਂਦੇ ਹੈਗੇ ਆ ਬਟ ਐਟ ધ ਐਂਡ ਆਫ एवरीथिंग ਯੂ हैव टू ਮੈਨੇਜ ਕਿਉਂਕਿ ਇੱਕ ਟਾਈਮ ਪੀਰੀਅਡ ਆ ਬਸ ਤੁਸੀਂ ਸਟੂਡੈਂਟ ਮੇਬੀ 1.5 ਸਾਲ ਰਹੋਗੇ ਜਾਂ 2 ਸਾਲ ਰਹੋਗੇ ਉਦੋਂ ਬਾਅਦ ਤਾਂ ਨਹੀਂ ਰਹੋਗੇ ਤਾਂ ਪੇਰੈਂਟਸ ਤਾਂ ਆਪਣੇ ਵੱਲੋਂ ਬੈਸਟ ਕਰਦੇ ਆ ਔਰ ਜਿੰਨਾ ਕਰਕੇ ਭੇਜ ਸਕਣ ਪਰ ਹਰ ਕੋਈ ਨਾ ਫਾਈਨੈਂਸ਼ਲੀ ਨਹੀਂ ਸਟਰੋਂਗ ਹੁੰਦਾ ਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਫੀਸ ਵੀ ਅਫੋਰਡ ਕਰਨ। ਜੀ ਜੀ ਜੀ। ਸੋ ਡੈਫੀਨਿਟਲੀ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦਾ ਹੈ। ਕਈ ਵਾਰ ਤਾਂ ਅਕਾਊਂਟ 'ਚ ਇੱਕ ਡਾਲਰ ਰਹਿ ਜਾਂਦਾ ਹੈ। ਬਟ ਉਹ ਆਪ ਨੂੰ ਮੈਨੇਜ ਐਂਡ ਬਟ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇੰਡੀਆ ਦੇ ਵਿੱਚ ਲੋਕਾਂ ਨੂੰ ਜਦੋਂ ਪੇਰੈਂਟਸ ਨੂੰ ਆਪਣੇ ਬੱਚੇ ਭੇਜਣ ਤੋਂ ਪਹਿਲਾਂ ਇਹ ਨਹੀਂ ਪਤਾ ਕਿ ਇੱਥੇ ਕਿੰਨੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਇਹ ਲੋਕਾਂ ਨੂੰ ਕਿ ਸਾਡੇ ਇੱਥੇ ਮੈਂ ਨਾਮ ਲੈ ਸਾਡੇ ਇੱਥੇ ਇੰਦਰਜੀਤ ਸਿੰਘ ਬੱਲ ਨੇ ਉਹ ਇੱਕ ਫਿਊਨਰਲ ਹੌਮ ਨੂੰ ਮੈਨੇਜ ਕਰਦੇ ਨੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਰਿਕਾਰਡ ਵੀ ਹੋਇਆ ਸੀ ਇਹ ਚੀਜ਼ ਕਿ ਐਵਰੀ ਵੀਕ ਦੋ ਜਾਂ ਤਿੰਨ ਸਟੂਡੈਂਟਸ ਦੇ ਫਿਊਨਰਲ ਉਹ ਆਪ ਇੱਥੇ ਕਰਦੇ ਨੇ ਕਿ ਇੰਨੀ ਵੱਡੀ ਸਿਚੁਏਸ਼ਨ ਜੇ ਦੀ ਖਰਾਬ ਹੋ ਉਹ ਕਮਿਊਨਿਟੀ ਦੇ ਵਿੱਚ ਇਹਨਾਂ ਨਾਮ ਨਹੀਂ ਜਾਂਦਾ ਕੋਈ ਕਿਸੇ وجہ ਨਾਲ ਕੋਈ ਐਕਸੀਡੈਂਟ ਕੋਈ ਕੁਝ وجہ ਨਾਲ ਹੋ ਰਿਹਾ ਹੈ ਬਹੁਤ ਵੱਡੀ ਮੈਂਟਲ ਸਿਕਨੈਸ ਇਸ ਲਈ ਹੋ ਰਹੀ ਹੈ ਕਿ ਪ੍ਰੈਸ਼ਰ ਕੰਮ ਦਾ ਜੀ ਕੰਮ ਨਾ ਮਿਲਣ ਦਾ ਕੰਮ ਤੋਂ ਪੈਸੇ ਪਰਪਰ ਨਾ ਮਿਲਦਾ ਜੀ ਤੇ ਨਾਲ ਦੀ ਨਾਲ ਜਦੋਂ ਪਿੱਛੋਂ ਘਰਦਿਆਂ ਦਾ ਪ੍ਰਚਰ ਕਿ ਵੀ ਉਹ ਪੈਸੇ ਨਹੀਂ ਲੈ ਸੀ ਪੂਰੇ ਨਹੀਂ ਹੋ ਰਿਹਾ ਜਾਣੀ ਵੀ ਚੀਜ਼ਾਂ ਦੇ ਪ੍ਰਚਰ ਨੇ ਜੀ ਇਹ ਸਾਰਾ ਕੁਝ ਨੂੰ ਤੁਸੀਂ ਕੀ ਤੁਸੀਂ ਇੰਡੀਆ ਦੇ ਵਿੱਚ ਬੈਠੀ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਫੈਮਿਲੀਜ਼ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵੀਜ਼ਾ ਅਪਲਾਈ ਕਰਨੇ ਨੇ ਉਹ ਕੀ ਕਰਨ ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਜਸਟ ਬੀ ਪੇਸ਼ੈਂਟਸ ਵਿਦ ਯੋਰ ਚਿਲड्रन ਕਿਉਂਕਿ ਇੱਥੇ ਲਾਈਫ ਥੋੜੀ ਜਿਹੀ ਸਟ੍ਰੈਸਫੁਲ ਹੈ ਤੇ ਕਿਤੇ ਨਾ ਕਿਤੇ ਏਜ ਗੈਪ ਵੀ ਹੁੰਦਾ ਹੈ ਕਈ ਵਾਰ ਪੇਰੈਂਟਸ ਨੂੰ ਹੁੰਦਾ ਹੈ ਕਿ ਓਕੇ ਬੱਚੇ ਬਾਅਦਗੇ ਪੜਾਈ ਹੋਈ ਵਰਕ ਪਰਮਿਟ ਆਪੀਅਰ ਹੋਏ ਕਰ ਲੈਣੇ ਆ ਸਭ ਕੁਝ ਉਹਨਾਂ ਨੂੰ ਲੱਗਦਾ ਹੈ ਕਿ ਇੱਕਦਮ ਪ੍ਰੀਪਲਾਨਡ ਸਭ ਕੁਝ ਹੋਣਾ ਤੇ ਇਦਾਂ ਹੀ ਹੋਣਾ ਬਟ ਹਰ ਕਿਸੇ ਦੀ ਜ਼ਿੰਦਗੀ ਅਲੱਗ ਹੁੰਦੀ ਹੈ ਕਈ ਵਾਰ ਬੱਚਿਆਂ ਕੋਲ ਇੱਥੇ ਆ ਕੇ ਕੁਝ ਗਲਤੀਆਂ ਹੋ ਜਾਂਦੇ ਆ ਮਤਲਬ ਕੁਝ ਲੋਕ ਪੜਾਈ ਵਿਛੜ ਦਿੰਦੇ ਆ ਬਹੁਤ ਕੁਝ ਹੁੰਦਾ ਇੱਥੇ ਆ ਕੇ ਕਈ ਵਾਰ ਤੁਸੀਂ ਪਰਸਨਲ ਆਪਣੀ ਲਾਈਫ ਤੋਂ ਬ ਮੈਂ ਚਾਹੁੰਦੀ ਆ ਕਿ ਆਪਣੇ ਨਿਆਣਿਆਂ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਕਿਉਂਕਿ ਜੋ ਕੁਆਲਿਟੀ ਤੁਹਾਡੇ ਬੱਚੇ ਚਾ ਉਹ ਸ਼ਾਇਦ ਤੁਹਾਡੇ ਗਵਾਂਡਿਆਂ ਚ ਨਹੀਂ ਹੋਊਗੀ ਤੇ ਜਿਹੜੇ ਲੋਗ ਸਪੈਸ਼ਲੀ ਜਾ ਜਾ ਕੇ ਇੱਕ ਘਰਾਂ ਚ ਕਹਿੰਦੇ ਆ ਮੈਨੂੰ ਨਹੀਂ ਪਤਾ 40 ਲੱਖ ਭੇਜਦਾ ਘਰੇ ਕੌਣ 20 ਲੱਖ ਭੇਜਦਾ ਪਰ ਇਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੁੰਦੀ ਆ ਕਿ ਜਿਹੜੀ ਮੈਂ ਵੀ ਕਈ ਵਾਰ ਫੇਸ ਕਰਦੀ ਆ ਕਈ ਵਾਰ ਮੇਰੇ ਫਰੈਂਡਸ ਫੇਸ ਕਰਦੇ ਆ ਕਿ ਉਹਨਾਂ ਦੇ ਫੈਮਿਲੀ ਕਹਿੰਦੇ ਆ ਕਿ ਫਲਾਣੇ ਦੇ ਮੁੰਡੇ ਨੇ ਤਾਂ 40 ਲੱਖ ਭੇਜਤਾ 50 ਲੱਖ ਭੇਜਦਾ ਮਹੀਨੇ ਦਾ ਤੁਸੀਂ ਤਾਂ ਕੁਝ ਨਹੀਂ ਕਰਦੇ ਹੈਗੇ ਸੋ ਇਹ ਤਾਂ ਸਭ ਤੋਂ ਵੱਡੀ ਫੇਕ ਗੱਲ ਆ ਕਿ ਕੋਈ ਮਹੀਨੇ ਦਾ 50 5 سرکاری قانونਾਂ ਅਨੁਸਾਰ ਇੱਕ ਸਟੂਡੈਂਟ ਪਹਿਲੇ 6 ਮਹੀਨੇ ਵੇਕੇਂਡ ਤੇ ਕੰਮ ਕਰ ਸਕਦਾ ਜੀ ਜੀ ओके okay. वीकेंड so, तो वी कैन टे उस तो बाद 40 घंटे या जितनी भी नॉर्मल कंपनी कर सकते हैं नहीं ਤੁਸੀਂ ਹਜੇ ਵੀ ਸਟੂਡੈਂਟ ਵੀਜ਼ੇ ਤੇ ਸਿਰਫ 20 ਘੰਟੇ ਕੰਮ ਕਰ ਸਕਦੇ ਹੋ ਬੇਸ਼ਕੂਲ ਸਾਲ ਤੱਕ ਹੈ ਜਾਂ 2 ਸਾਲ ਤੱਕ ਜਦੋਂ ਤੱਕ ਤੁਹਾਡਾ ਸਟੂਡੈਂਟ ਵੀਜ਼ਾ ਚੱਲ ਰਿਹਾ ਹੈ ਜੀ ਤੁਸੀਂ ਵੀਜ਼ਾ ਤੁਸੀਂ ਸਿਰਫ 20 ਆਵਰਸ ਕੰਮ ਕਰ ਸਕਦੇ ਹੋ ਜੀ ਸਿਰਫ 20 ਘੰਟੇ ਕੰਮ ਕਰਦੇ ਪਹਿਲੇ 6 ਮਹੀਨੇ ਕਿਹਦੀ ਕੁਝ ਹੁੰਦਾ ਹੈ ਨਹੀਂ ਨਹੀਂ ਫੁੱਲ ਜਦ ਤੱਕ ਤੁਹਾਡਾ ਸਟੱਡੀ ਵੀਜ਼ਾ ਫਰਮ ਦ ਫਸਟ ਡੇ ਤੋਂ ਲੈ ਕੇ ਜਦ ਤੱਕ ਤੁਸੀਂ ਸਟੂਡੈਂਟ ਆ ਸਿਰਫ 20 20 ਘੰਟੇ ਹਾਂ ਜੀ ਤੇ 20 ਆਵਰਸ ਦੇ ਵਿੱਚ ਇਹ 40 ਲੱਖ 50 ਲੱਖ ਕਿੱਦਾਂ ਜਾ ਰਹੀਆਂ ਨੇ ਜੀ ਮੈਨੂੰ ਨਹੀਂ ਸਮਝਾਂਤ। ਵਿਸਕਲੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਇੰਡੀਆ ਦੇ ਵਿੱਚ ਬੈਠੇ ਪੇਰੈਂਟਸ ਨੂੰ ਇਹ ਚੀਜ਼ ਸਮਝ ਨਹੀਂ ਪੈਣੀ ਆ ਕਿ ਆਪਣੇ ਬੱਚਿਆਂ ਨੂੰ ਇੰਨਾ ਪ੍ਰੈਸ਼ਰਾਈਜ਼ ਨਾ ਕਰੋ ਕਿ ਵੀ ਉਹ ਜ਼ਿੰਦਗੀ ਦੇ ਵਿੱਚ ਜਾਂਪਣੀ ਕੰਫੀਡੈਂਸ ਲੂਜ਼ ਕਰ ਜਾਣ ਜਾਂ ਉਹ ਆਪਣੇ ਮੈਂਟਲ ਹੈਲਥ ਦੇ ਵਿੱਚ ਇਸ਼ੂਜ਼ ਦੇ ਵਿੱਚ ਆ ਜਾਣ ਕਿਉਂਕਿ ਮੈਂਟਲ ਹੈਲਥ ਇਸ਼ੂ ਇੱਥੇ ਬਹੁਤ ਵੱਡਾ ਹੈ। ਜੀ। ਜਦੋਂ ਬਾਹਰੋਂ ਸਟ੍ਰੈਸ ਆ, ਕਾਲਜ ਦੇ ਕੰਮ ਦੀ ਸਟ੍ਰੈਸ ਆ, ਪੈਸਿਆਂ ਦੀ ਸਟ੍ਰੈਸ ਆ, ਫੀਸ ਕਿੱਥੋਂ ਦੇਣੀ ਉਹਦੀ ਸਟ੍ਰੈਸ ਆ। ਬਿਚਨ 40 ਲੱਖ ਭੇਜਣ ਦੀ ਸਪੈਸੇ ਜੀ ਡੈਫੀਨਿਟਲੀ ਕਿ ਇਹ ਬਹੁਤ ਵੱਡੀ ਚੀਜ਼ ਜੀ ਇੱਕ ਚੀਜ਼ ਹੋਰ ਜਦੋਂ ਸਟੂਡੈਂਟਸ ਇੱਥੇ ਆਮ ਆਪਣੀ ਲਾਈਫ ਦੇ ਵਿੱਚ ਕੰਮਕਾਰ ਕਰਦੇ ਨੇ ਸਾਰਾ ਕੁਝ ਕਰਦੇ ਨੇ ਤੇ ਕੁਝ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਪ੍ਰਾਬਲਮ ਆ ਰਹੀਆਂ ਨੇ ਉਹ ਕੀ ਨੇ ਜੀ ਆ ਮੈਂ ਵੀ ਸੁਣਿਆ ਕਿ ਮਤਲਬ ਪੀਆਰ ਜਿਹੜੇ ਇੱਥੇ ਦੇ ਪੁਰਾਣੇ ਹੋ ਗਏ ਜਿਨ੍ਹਾਂ ਨੂੰ ਕਾਫੀ ਟਾਈਮ ਹੋ ਗਿਆ ਉਹ ਕਹਿੰਦੇ ਆ ਕਿ ਇਹਨਾਂ ਨੇ ਗੰਦ ਪਾਇਆ ਚਪਲਾਂ ਪਾ ਕੇ ਬਾਹਰ ਆ ਜਾਂਦੇ ਆ ਇਦੋਂ ਦਾ ਕਾਫੀ ਕੁਝ ਬੋਲਦੇ ਆ ਕਿ ਕੁੜੀਆਂ ਨੇ ਛੋਟੀਆਂ ਡਰੈੱਸਾਂ ਕਿਉਂ ਪਾਈਆਂ ਸੋ ਮੈਨੂੰ ਇਹਦਾ ਲੱਗਦਾ ਸਭ ਤੋਂ ਪਹਿਲਾਂ ਕਿ ਜੇ ਉਹਨਾਂ ਨੇ ਮਹਿੰਗੀਆਂ ਗੱਡੀਆਂ ਵੀ ਲਈਆਂ ਤਾਂ ਤੁਸੀਂ ਥੋੜੀ ਉਹਨਾਂ ਦੀ ਕਿਸ਼ਤਾਂ ਤਾਰ ਰਹੇ ਆ ਤੁਸੀਂ ਕਿਉਂ ਦੁਖੀ ਹੋ ਰਹੇ ਆ ਪਰ ਇੱਕ ਚੀਜ਼ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਬੇਸਿਕਲੀ ਨਾ ਤਾਂ ਸਾਰੇ ਪੀਆਰ ਜਿਹੜੇ ਆ ਜਾਂ ਸਾਰੇ ਪਾਕਿਸਤਾਨੀ ਕਮਿਊਨਿਟੀ ਆ ਉਹ ਇਸ ਚੀਜ਼ ਨੂੰ ਪ੍ਰਮੋਟ ਕਰਦੀ ਹੈ ਤੇ ਨਾ ਹੀ ਮਤਲਬ ਦੂਸਰੀ ਸਾਇਰਤ ਵਿੱਚ ਨਾ ਇਹ ਤੇ ਸਾਰੇ ਸਟੂਡੈਂਟ ਨੇ ਦੋਦੇ ਧੋਤੇ ਨੇ ਤੇ ਨਾ ਇਹ ਸਾਰੇ ਦੂਜੇ ਪਾਸੇ ਨੇ ਸੋ ਸਾਨੂੰ ਇਸ ਚੀਜ਼ ਨੂੰ ਬੈਲੈਂਸ ਆਊਟ ਕਰਨਾ ਪਏਗਾ ਜੀ ਪਰ ਫਿਰ ਵੀ ਇੱਕ ਚੀਜ਼ ਜ਼ਰੂਰੀ ਹੈ ਕਿ ਜਿਹੜੇ ਵੀ ਸਟੂਡੈਂਟ ਨੇ ਸਾਨੂੰ ਜਜਮੈਂਟਲ ਨਹੀਂ ਬਣਨਾ ਚਾਹੀਦਾ ਸਾਨੂੰ ਇੱਕ ਦੂਜੇ ਪ੍ਰਤੀ ਕਿਉਂਕਿ ਅਸੀਂ ਇੱਕੋ ਹੀ ਕਮਿਊਨਿਟੀ ਦੇ ਇੱਕੋ ਹੀ ਫੈਮਿਲੀਆਂ ਤੋਂ ਅਸੀਂ ਪਿੱਛੋਂ ਆਏ ਆ ਜੀ ਸਾਨੂੰ ਇੱਕ ਦੂਜੇ ਦੀ ਸਪੋਰਟ ਵੰਡਣਾ ਚਾਹੀਦਾ ਇੱਕ ਕਮਿਊਨਿਟੀ ਬਣ ਕੇ ਕੰਮ ਕਰਨਾ ਚਾਹੀਦਾ ਜੀ ਡੈਫੀਨੇਟਲੀ ਕਿ ਸਟੂਡੈਂਟਾਂ ਨੂੰ ਵੀ ਮੈਨੂੰ ਲੱਗਦਾ ਡੈਫੀਨੇਟਲੀ ਕੁਝ ਸਟੂਡੈਂਟ ਵੀ ਹੁੰਦੇ ਨੇ ਆਈ نو ਕੁਝ ਹੁੰਦਾ ਕਿਉਂਕਿ ਜਿੱਦਾਂ ਇੱਕ ਪਹਿਲਾਂ ਇੱਕ ਹੁੰਦਾ ਨਾ ਕਿ ਜਿਹੜਾ ਅੱਜ ਦਾ ਪੀਆਰ ਜਿਹੜਾ ਅੱਜ ਸਿਟੀਜ਼ਨ ਨੇ ਕਦੇ ਪੀਆਰ ਥਾ ਜੀ ਠੀਕ ਹੈ ਨਾ ਜਿਹੜਾ ਅੱਜ ਦਾ ਸਟੂਡੈਂਟ ਹੈ ਕੱਲ ਉਹਨੇ ਪੀਆਰ ਤੇ ਸਿਟੀਜ਼ਨ ਹੋਣਾ ਜੀ ਡੈਫੀਨੇਟਲੀ ਤੇ ਥੈਨ ਉਹਨੇ ਉਸ ਸਾਈਡ ਤੇ ਬੈਠ ਕੇ ਅਦਰ ਸਟੂਡੈਂਟਸ ਨਾਲ ਗੱਲ ਕਰਨੀ ਹੈ ਜੀ ਬਿਲਕੁਲ ਨੀਹਾ ਜੀ ਇੱਕ ਸਵਾਲ ਦਾ ਜਵਾਬ ਫਿਰ ਰਹਿ ਗਿਆ ਹਾਂਜੀ ਕਿ ਇੰਨੀ ਛੋਟੀ ਏਜ ਦੇ ਵਿੱਚ ਹੂੰ ਪੰਜਾਬ ਤੋਂ ਲੋਕਾਂ ਨੂੰ ਆਪਣੇ ਬੱਚੇ ਇੱਥੇ ਭੇਜਨੇ ਚਾਹੀਦੇ ਨੇ ਆਹ ਇਹ ਇੰਡੀਵਿਜੁਅਲ ਚੁਆਇਸ ਹੁੰਦੀ ਹੈ ਬੱਚੇ ਵੀ ਹੋਣਾ ਚਾਹੁੰਦੇ ਆ 18 18 ਸਾਲ ਦੇ ਬੱਚੇ ਵੀ ਆਣਾ ਚਾਹੁੰਦੇ ਆ ਬੱਚੇ ਤਾਂ ਚਾਹੁੰਦੇ ਨੇ ਕਿ ਪੇਰੈਂਟ ਸਿਰ ਤੇ ਨਾ ਹੋਣ ਤਾਂ ਸਾਨੂੰ ਕੋ ਪੁੱਛਣ ਕੁੱਛਣ ਵਾਲਾ ਨਾ ਹੋਵੇ ਇਹ ਤਾਂ ਬਿਲਕੁਲ ਸਹੀ ਹੈ ਮੈਂ ਖੁਦ ਕਹਿੰਦਾ ਕਿ ਮੈਂ ਵੀ 16 ਸਾਲ ਦਾ ਸੀ ਮੈਂ ਚਾਹੁੰਦਾ ਸੀ ਕਿੱਥੇ ਭੇਜ ਦਣ ਮੈਨੂੰ ਪਰ ਕੀ ਇਹ ਸਚਾਈ ਕੀ ਸਹੀ ਹੈ ਜੋ ਹੋ ਰਿਹਾ ਆ ਤੁਸੀਂ ਮਤਲਬ uh, 18 ਸਾਲ ਦੇ ਬੱਚੇ ਨੂੰ ਭੇਜਣਾ ਮੇਰੇ ਵੱਲੋਂ ਤਾਂ ਇਹ ਦੋ opinion ਨੇ ਇੱਕ ਹੈਗਾ ਕਿ ਵਧੀਆ ਹੈ ਕਿ ਬੱਚਾ ਜਿੰਨੀ ਜਲਦੀ ਜਾਊਗਾ ਉਨੀ ਜਲਦੀ ਉਹ ਐਕਸਪੀਰੀਅੰਸ ਕਰੂਗਾ ਤੇ ਵੈਲ ਸੈਟਲਡ ਹੋ ਜਾਊਗਾ ਲਾਈਫ ਵਿੱਚ ਪਰ ਡੈਫੀਨਿਟਲੀ ਦੂਸਰੀ ਗੱਲ ਇਹ ਹੈ ਕਿ ਕਈ ਵਾਰ ਬੱਚੇ ਬਹੁਤ ਛੋਟੇ ਆਂਦੇ ਆਂਦੇ ਆ ਮਤਲਬ ਬਹੁਤ ਸੱਡਨਲੀ ਇਹਨਾਂ ਸਟ੍ਰੈਸ ਹੋ ਜਾਂਦਾ ਹੈ ਮੈਂਟਲੀ ਡਿਪਰੈਸਡ ਹੋ ਜਾਂਦੇ ਆ ਐਂਡ ਉਹ ਲਾਈਫ ਕੋਈ ਕੁਝ ਅਦਾ ਦਾ ਕਦਮ ਚੱਕ ਲੈਂਦੇ ਆ ਜੋ ਉਹਨਾਂ ਦੇ ਲਈ ਤੇ ਫਿਰ ਉਹਨਾਂ ਦੇ ਫੈਮਿਲੀ ਨੂੰ ਵੀ ਪਛਤਾਣਾ ਪੈਂਦਾ ਸੋ ਆਈ ਜਸਟ ਵਾਂਟ ਕਿ ਜੇ ਤੁਸੀਂ ਆਪਣੇ ਬੱਚੇ ਭੇਜਦੇ ਵੀ 18 ਸਾਲ ਦੇ ਇਟਸ ਫਾਈਨ ਬਟ ਕਿ ਬੱਚੇ ਬਹੁਤ ਕੁਝ ਦੇਖਦੇ ਐ ਇੱਥੇ ਤੇ ਡੈਫੀਨਿਟਲੀ ਪੇਰੈਂਟਸ ਵੀ ਉੱਥੇ ਬਹੁਤ ਕੁਝ ਸਹਿਨ ਕਰ ਰਹੇ ਹੁੰਦੇ ਆ ਲੋਕਾਂ ਦੀ ਗੱਲਾਂ ਵੀ ਜੀ ਇੱਕ ਸਵਾਲ ਹੋਰ ਇੰਡੀਆ ਤੋਂ ਬਹੁਤ ਸਾਰੀਆਂ ਕੁੜੀਆਂ ਜੀ ਵਿਆਹ ਕਰਵਾ ਕੇ ਕੈਨੇਡਾ ਜਾਂਦੀਆਂ ਨੇ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਪਾਸੇ ਵੀ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਜਾਰੇ ਚੱਲਦੇ ਸੀ ਉੱਤੇ ਇੱਕ ਨਹੀਂ ਦੋ ਨਹੀਂ 700 ਬੰਦੇ ਦਾ ਫੋਨ ਨੰਬਰ ਸਾਡੇ ਕੋਲ ਆਇਆ ਜਿਨ੍ਹਾਂ ਨੂੰ ਉਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਨੇ ਜਿਹੜੀਆਂ ਇੱਧਰ ਸਟੂਡੈਂਟ ਵੀਜ਼ਾ ਤੇ ਨੇ ਉਹ ਛੱਡ ਚੁੱਕੀਆਂ ਨੇ ਇੱਕ ਨਹੀਂ 700 ਨੰਬਰ ਦੀ ਲਿਸਟ ਸਾਡੇ ਕੋਲ ਇੱਥੇ ਆਫਿਸ ਚ ਪਈ ਹੈ ਕਿਉਂਕਿ ਅਸੀਂ ਉਦੋਂ ਸਪੋਰਟ ਕਰਨ ਦੀ ਸਾਰਿਆਂ ਪਾਸਿਆਂ ਨੂੰ ਕੋ-ਲੌਕਡਾਊਨ ਕਰਨ ਦੀ ਟਰਾਈ ਕਰਦੇ ਸੀ ਬੈਂਤ ਕੌਰ ਦੇ ਕੇਸ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਭਖਿਆ ਅਨ ਪੰਜਾਬ ਦੇ ਵਿੱਚ ਮਜਾਰੇ ਵੀ ਹੁੰਦੇ ਰਹਿੰਦੇ ਤੁਸੀਂ ਦੇਖਿਆ ਇਸ ਚੀਜ਼ ਨੂੰ ਲੈ ਕੇ ਉਹ ਕੀ ਸੀ ਨੇ ਉਹ ਕੀ ਹੋ ਰਿਹਾ ਹੁੰਦਾ ਐਦਾ ਕਿ ਕੁੜੀਆਂ ਵਿਆਹ ਕਰਾ ਕੇ ਬਾਹਰ ਆ ਜਾਂਦੀਆਂ ਨੇ ਹੁਣ ਤਾਂ ਬਿਜ਼ਨਸ ਹੋ ਗਿਆ ਹੁਣ ਤਾਂ ਇੰਡੀਆ ਬਿਜ਼ਨਸ ਚੱਲ ਰਿਹਾ ਹੈ ਕਿ ਮਤਲਬ ਵਿਆਹ ਕਰਾ ਕੇ ਬਾਹਰ ਜਾਣਾ ਹੈਗਾ ਬਾਹਰ ਆਂਦੀਆਂ ਤੇ ਵਿਚਾਰੇ ਮੁੰਡੇ ਪਿੱਛੇ ਡਿੱਗਦੇ ਰਹਿੰਦੇ ਆ ਤੇ ਇੱਥੇ ਇੱਕ ਤਾਂ ਉਹ ਨਾ ਮੈਨੂੰ ਲੱਗਦਾ ਕਿ ਉਹ ਯੰਗ ਵੀ ਹੁੰਦੀਆਂ ਮਤਲਬ 18 19 ਸਾਲਾਂ ਦੀਆਂ ਹੀ ਹੁੰਦੀਆਂ ਬਿਲਕੁਲ ਜੀ ਦੇਖੋ ਤੁਸੀਂ ਦੁਬਾਰਾ ਉਸੇ ਗੱਲ ਤੇ ਆ ਗਏ ਕਿ 18 19 ਸਾਲ ਦੇ ਬੱਚੇ ਨੂੰ ਜੀ ਆਪਣੀ ਲਾਈਫ ਦੀ ਸੋਝੀ ਨਹੀਂ ਹੁੰਦੀ ਸੋ ਘਰ ਦੇ ਉੱਨੀ ਭਜਣਾ ਚਾਹੀਦਾ ਜੀ ਮਤਲਬ ਮਤਲਬ ਮੈਨੂੰ ਮੈਨੂੰ ਦੱਸਿਆ ਮੈਨੂੰ ਅਜੇ ਵੀ ਦੋ opinion ਲੱਗਦੇ ਆ ਸਾਰੇ ਇ ਪਰ ਕੁੜੀਆਂ ਹਾਂਜੀ ਬਾਹਰ ਆਉਂਦੀਆਂ ਕਿਉਂਕਿ ਫਿਰ ਉਹ ਇੱਥੇ ਆਉਂਦੀਆਂ ਫਿਰ ਉਹ ਕਿਸੇ ਹੋਰ ਨੂੰ ਮਿਲਦੀਆਂ ਉਹਨਾਂ ਨੂੰ ਉਹ ਵਧੀਆ ਲੱਗਦਾ ਬੰਦਾ ਉਹ ਉਹਨਾਂ ਦਾ ਹਸਬੰਡ ਜੋ ਵੀ ਇੰਡੀਆ ਰਹਿ ਜਾਂਦਾ ਇੰਡੀਆ ਰਹਿ ਜਾਂਦੇ ਉਹ ਕਈ ਵਾਰ ਇਹਨਾਂ ਸੋਚ ਨਹੀਂ ਪਾਉਂਦੇ ਕਿਉਂਕਿ ਅ ਦੁਨੀਆ ਥੋੜੀ ਜੀ ਹਾਰਸ਼ ਹੈਗੀ ਹੈ ਤੇ ਜੋ ਆਪਣੇ ਮੂੰਹ ਤੇ ਲੋਕ ਹੁੰਦੇ ਉਹ ਅਸਲ 'ਚ ਨਹੀਂ ਹੁੰਦੇ ਹੈਗੇ ਤੇ ਇੱਥੇ ਜਦੋਂ ਉਹਨਾਂ ਨੂੰ ਕੋਈ ਚਾਰ ਗੱਲਾਂ ਕੰਮ ਕਰਦਾ ਗੱਡੀ 'ਚ ਲੈਣ ਆਉਂਦਾ ਛੱਡਣ ਆਉਂਦਾ ਤਾਂ ਉਹਨਾਂ ਨੂੰ ਲੱਗਦਾ ਇਹ ਏ ਟ੍ਰੂ ਲਵ ਆ ਤੇ ਉਹ ਐਕਚੁਅਲੀ ਆਪਣੇ ਹਸਬੰਡ ਨੂੰ ਪਿੱਛੇ ਛੱਡ ਦਿੰਦੇ ਆ ਜੋ ਬਹੁਤ ਗਲਤ ਆ ਕਿ ਵਾਟੇਵਰ ਬਾਹਰ ਤੁਸੀਂ ਘਟੋ ਘਟ ਉਹਨਾਂ ਦੇ ਮੁੰਡੇ ਨੂੰ ਤਾਂ ਸੱਦ ਲਓ ਬਾਹਰ ਬਾਕੀ ਤੁਸੀਂ ਜੋ ਖਾਣਾ ਹੋਗਾ ਬਾਅਦ ਕਰੋ ਪਰ ਐਟ ਲੀਸਟ I have your husband out here ਤੇ ਬਟ ਬਹੁਤ ਬੁਰੇ ਹਾਲ ਹੈ ਬਟ ਚਲੋ ਕਰਮਾ ਰੱਬ ਦੇਖਦਾ ਸਭ ਕੁਝ ਪੰਜਾਬ ਦੇ ਵਿੱਚ ਜੋ ਮੁੰਡੇ ਇਸ ਚੋ ਨੂੰ ਦਿਖ ਰਹੇ ਨੇ ਜੀ ਤੁਹਾਡਾ ਉਹਨਾਂ ਨੂੰ ਕਿਸ ਨੇ ਆਇਆ ਕੀ ਉਹ ਇਸੇ ਤਰੀਕੇ ਦੇ ਨਾਲ ਵਿਆਹ ਕਰਵਾ ਕੇ ਕੈਨੇਡਾ ਵਿੱਚ ਆਉਣ ਦਾ ਸੋਚਣ ਜਾਂ ਨਾ ਸੋਚਣ ਨਹੀਂ ਮੈਂ ਤਾਂ ਡੈਫੀਨੇਟਲੀ ਕਹੂੰਗੀ ਕਿ ਆਪਣੇ ਪੈਰਾ ਤੇ ਆਓ ਕਿਉਂਕਿ ਤੁਸੀਂ ਅੱਜ ਤੁਹਾਡੀ ਵਾਈਫ ਤੁਹਾਨੂੰ ਬਾਹਰ ਸਾਹਦੇ ਵੀ ਲਓਗੇ ਪੂਰੀ ਜ਼ਿੰਦਗੀ ਸੁਣਾਓਗੇ ਵੀ ਨਾਲ ਕਿ ਮੇਰੇ ਸਿਰ ਤੇ ਤੂੰ ਇੱਥੇ ਆਇਆ ਹੋਇਆ ਵਾਂ ਥੋੜਾ ਟਾਈਮ ਚਲੋ ਬਾਪ ਸੋਚਣਾ ਦੇਗਾ ਕਿ ਪੈਸੇ ਮੈਂ ਲਾਈ ਸੀ ਇਹ ਤਾਂ ਹੈ ਪਰ ਕੀ ਸੱਚਮੁੱਚ ਇਹ ਡਿਸੀਜਨ ਸਹੀ ਹੈ ਕਿ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਵਿਆਹ ਕਰਾ ਕੇ ਹਾਂ ਠੀਕ ਹੈ ਇੰਡੀਵਿਜੂਅਲੀ ਠੀਕ ਹੈ ਮਤਲਬ ਠੀਕ ਹੈ ਤੁਸੀਂ ਅਲੱਗ-ਅਲੱਗ ਆਉਣਾ ਚਾਹੁੰਦੇ ਆ ਠੀਕ ਹੈ ਕਈ ਵਾਰ ਹੁੰਦਾ ਤੁਸੀਂ ਆਪਣੀ ਵਾਈਫ ਨੂੰ ਸਪੋਰਟ ਕਰਦੇ ਆ ਬਟ ਜੇ ਤੁਹਾਡੀ ਇੰਟੈਂਸ਼ਨ ਹੀ ਹੈ ਕਿ ਤੁਸੀਂ ਕੈਨੇਡਾ ਅਮਰੀਕਾ ਜਾਣਾ ਤੁਸੀਂ ਇਸ ਲਈ ਵਿਆਹ ਕਰਾ ਰਹੇ ਹੋ ਤਾਂ ਤੁਸੀਂ ਉਮੀਦ ਕਰਦੇ ਆ ਫਿਰ ਇਸਦੀ ਮੈਰਿਜ ਹੋਈ ਨਹੀਂ ਮੈਂ ਸਿੰਗਲ ਹਾਂ ਸੋ ਤੁਸੀਂ ਐਕਸਪੀਰੀਅੰਸ ਇਸ ਤਰ੍ਹਾਂ ਦੱਸ ਰਹੇ ਸੀ ਨਾ ਫਿਰ ਫੈਮਿਲੀ ਦਾ ਇਦਾਂ ਦਹਾਉਣਾ ਚਾਹੀਦਾ ਹੈ ਕਿਉਂਕਿ ਮਤਲਬ ਮੈਂ ਦੇਖਦੀ ਆ ਮੈਂ ਆਪਣੇ ਫਰੈਂਡ ਸਰਕਲ ਚ ਵੀ ਦੇਖਦੀ ਆ ਨਾ ਫਿਰ ਤਾਂ ਕਰਕੇ ਬਿਲਕੁਲ ਸਹੀ ਹੈ ਪਰ ਇੱਕ ਸਵਾਲ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਹੈ ਕਿ ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੇ ਆ ਕਿ ਤੁਸੀਂ ਖੁਦ ਹਾਇਲਟਸ ਨਹੀਂ ਕਰ ਸਕਦੇ ਜੇ ਤੁਸੀਂ ਪੈਸੇ ਲਾਣਾ ਅਫੋਰਡ ਕਰ ਸਕਦੇ ਆ ਜੇ ਤੁਸੀਂ ਜਦੋਂ ਤੁਸੀਂ 10ਵੀਂ 11ਵੀਂ ਦੇ ਵਿੱਚ ਹੋਣ ਤੁਹਾਨੂੰ ਮੋਟਰਸਾਈਕਲ ਤੇ ਜੇੜੀ ਮਾਰਨੀ ਆਂਦੀ ਆ ਤਾਂ ਉਦੋਂ ਤੁਸੀਂ ਪੜਾਈ ਦੇ ਬਾਰੇ ਤੁਸੀਂ ਅੱਗੇ ਕਿਉਂ ਨਹੀਂ ਆ ਸਕਦੇ ਤੁਹਾਡੀ ਉਦੋਂ ਕਿਉਂ ਤੁਹਾਡੀ ਬੋਲਤੀ ਬੰਦ ਹੋ ਜਾਂਦੀ ਜਦੋਂ ਤੁਸੀਂ ਖੁਦ ਜੇ ਇਹਨੂੰ ਕਹਿੰਦੇ ਨੇ ਗੁੱਤ ਫੜ ਕੇ ਤੁਰਨਾ ਸੌਰੀ ਮੈਨੂੰ ਪਤਾ ਕਈ ਕਮੈਂਟ ਵਗੈਰਾ ਬੈਡ ਆਣਗੇ ਬਟ ਸਿੰਪਲ ਹੈ ਮੁਜਾਰੇ ਲੋਨ ਤੇ ਦੀ ਲੋਡ ਕੀ ਏ ਜਦ ਤੁਸੀਂ ਕਿਸੇ ਦੀ ਕੁੜੀ ਨੂੰ ਸਪੋਰਟ ਕਰੋਗੇ ਉਹ ਤੁਹਾਡੇ ਕਰਕੇ ਕੈਨੇਡਾ ਪਹੁੰਚਵੇ ਨਾ ਕਿ ਤੁਸੀਂ ਕਿਸੇ ਦੀ ਸਪੋਰਟ ਕਰੋ ਵੀ ਤੁਸੀਂ ਕਿਸੇ ਨੂੰ ਪੈਸੇ ਲਗਾ ਕੇ ਭੇਜ ਦਿਓ ਬਾਅਦ ਵਿੱਚ ਤਾਂ ਨਾ ਇਸ਼ੂ ਕਰੇਟ ਹੋਵੇ ਵਾਈ ਨਾਟ ਤੁਸੀਂ ਖੁਦ ਸਟੈਂਡ ਕਰੋ ਇੰਨੇ ਜੋਗੇ ਹੋਵੋ ਕਿ ਦੂਜੇ ਬੰਦੇ ਤੁਹਾਨੂੰ ਛੱਡਣ ਤੋਂ ਪਹਿਲਾਂ 10 ਵਾਰ ਸੋਚੇ ਯਾਰ ਮੈਂ ਛੱਡ ਦਿੱਤਾ ਇਹੋ ਜਿਹਾ ਬੰਦਾ ਮਿਲੇਗਾ ਕਿ ਨਹੀਂ ਮਿਲੇਗਾ ਦੁਬਾਰਾ ਤੁਹਾਨੂੰ ਆਪਣੇ ਕੈਪੇਬਿਲਿਟੀ ਖੜੀ ਕਰਨੀ ਪਊਗੀ ਦੂਜਿਆਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਕੈਪੇਬਿਲਿਟੀ ਨੂੰ ਕ੍ਰੀਏਟ ਕਰੋ ਕਿ ਦੂਜਾ ਛੱਡਣ ਤੋਂ ਪਹਿਲਾਂ ਸੋਚੇ ਕਿ ਮੈਂ ਗਲਤ ਨਹੀਂ ਕਹਿ ਆ ਜੀ ਪਸੇ ਨਹੀਂ ਨਹੀਂ ਬਿਲਕੁਲ ਸਹੀ ਖਿਆਲ ਹੁਸ ਜੀ ਬਿਲਕੁਲ ਬਈ ਬੰਦੇ ਨੂੰ ਫਿਕਰ ਹੋਣਾ ਚਾਹੀਦਾ ਕਿ ਤੇ ਗਵਾਚਣਾ ਚਾਵੇ ਹਾਂਜੀ ਸਹੀ ਹਾਂ ਸੋ ਇਹਦੇ ਇੱਕ ਚੀਜ਼ ਹੋਰ ਦੱਸੋ ਲੈ ਸੇ ਕੱਲ੍ਹ ਵਜ ਦੀ ਵੇ ਤੁਹਾਨੂੰ ਕੋਈ ਤੁਸੀਂ ਮੈਰਿਜ ਕਰਵਾਉਣਾ ਚਾਹੁੰਦੇ ਆ ਜੀ ਨਹੀਂ ਪਰਸਨਲ ਸਵਾਲ ਆ ਪਰ ਫਿਰ ਵੀ ਤੁਸੀਂ ਕਿੱਥੇ ਪ੍ਰੀਫਰ ਕਰੋਗੇ ਮੈਰਿਜ ਕਰਵਾਉਣਾ ਲੋਕਲ ਲੱਭੋਗੇ ਇੰਡੀਆ ਜਾ ਕੇ ਕਰਾਉਗੇ ਕਿੱਥੇ ਕਰਾਉਗੇ ਉਕਿਆ ਬਸ ਵਧੀਆ ਮੁੰਡਾ ਹੋਣਾ ਚਾਹੀਦਾ ਹਾਂ ਜੇ ਵਧੀਆ ਹੋਇਆ ਹਾਂਜੀ ਕਿਤੇ ਵੀ ਜਿੰਦਿਆ ਮੈਨੂੰ ਲੱਗਿਆ ਕੋਈ ਬਹੁਤ ਵਧੀਆ ਸਪੋਰਟ ਕਰਦਾ ਤੁਹਾਨੂੰ ਡਰ ਨਹੀਂ ਲੱਗੇਗਾ ਕਿ ਉਹ ਇੱਥੇ ਆ ਕੇ ਭੱਜੇਗਾ ਮੈਨੂੰ ਦਰਾਂ ਦਾ ਉਹ ਕਿਸਮਤ ਦੀ ਗੱਲਾਂ ਨਹੀਂ ਪਾਉਣ ਵਾਲੇ ਨਿਭਾ ਜਾਂਦੇ ਆ ਜਿਹਨੇ ਨਹੀਂ ਨਿਭਾਣਾ ਉੱਥੇ ਉਹਨੇ ਇੱਥੇ ਰਹਿ ਕੇ ਵੀ ਨਹੀਂ ਨਿਭਾਣਾ ਤੇ ਜਿਹਨੇ ਨਹੀਂ ਨਿਭਾਣਾ ਉਹਨੇ ਇੰਡੀਆ ਤੋਂ ਆ ਕੇ ਵੀ ਨਹੀਂ ਨਿਭਾਣਾ ਤਾਂ ਉਹ ਕਿਸਮਤ ਦੀ ਗੱਲ ਹੈ ਤੁਹਾਡੀ ਬਟ ਕੋਈ ਵਧੀਆ ਮਿਲਿਆ ਮੈਨੂੰ ਲੱਗਿਆ ਕਿ ਐਕਚੁਅਲੀ ਵਧੀਆ ਵਰਥ ਜਿਹੜਾ ਸਭ ਕੁਝ ਦੇਣਾ ਆਈ ਵਿਲ ਗੋ ਅਹੈਡ ਇਟ ਡਸਨਟ ਮੈਟਰ ਫਿਰੋ ਕਿੱਥੇ ਹੈ ਜੀ ਜੀ ਬਿਲਕੁਲ ਚਲੋ ਆ ਆਪਣੇ ਨਿਹਜੀ ਥੈਂਕ ਯੂ ਸੋ ਮਚ ਤੁਸੀਂ ਅੱਜ ਸਪੈਸ਼ਲੀ ਟਾਈਮ ਕੱਟ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਹਫ਼ਤੇ ਅਸੀਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ ਤੁਹਾਡੇ ਕੋਈ ਵੀ ਸੁਝਾਅ ਜਾਂ ਕੋਈ ਕੁਐਸਚਨ ਤੁਹਾਡੇ ਮਨ ਦੇ ਅੰਦਰ ਆਂਦਾ ਹੈ ਤੁਸੀਂ ਸਾਨੂੰ ਸਾਡੇ WhatsApp ਨੰਬਰ 41699133554169993555 ਤੇ ਸਾਨੂੰ ਅਪਡੇਟ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਜਾਂ ਸਾਡੇ ਸੋਸ਼ਲ ਮੀਡੀਆ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਛੱਡ ਸਕਦੇ ਹੋ ਸਾਦਾ ਸਿਰਫ ਇਸ ਪ੍ਰੋਗਰਾਮ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਇੰਡੀਆ ਵਿੱਚ ਬੈਠੇ ਸਾਡੇ ਪੇਰੈਂਟਸ ਨੂੰ ਇੰਨੀਂਕ ਸਚਾਈ ਦਿਖਾਣੀ ਕਿ ਐਟ ਲੀਸਟ ਉਹ ਆਪਣੇ ਬੱਚਿਆਂ ਤੇ ਇੰਨਾ ਪ੍ਰੈਸ਼ਰ ਨਾ ਪਾਉਣ ਕਿ ਉਹ ਇੱਥੇ ਸਟ੍ਰੈਸਡ ਆਊਟ ਹੋਣ ਉਹ ਡਿਪਰੈਸਡ ਹੋਣ ਉਹ ਪਰੇਸ਼ਾਨ ਹੋਣ ਜਾਂ ਉਹਨਾਂ ਦਾ ਕੋਈ ਕੋਈ ਗਲਤ ਕਦਮ ਚੁੱਕਣ ਜੀ ਆਪਣੇ ਬੱਚਿਆਂ ਨਾਲ ਵਿਸ਼ਵਾਸ ਬਣਾ ਕੇ ਰੱਖੋ ਉਹਨਾਂ ਦੇ ਉੱਤੇ ਯਕੀਨ ਕਰੋ ਯਕੀਨ ਜੇ ਤੁਸੀਂ ਆਪਣੇ ਬੱਚਿਆਂ ਤੇ ਕਰਦੇ ਹੋ ਜਿਉਂ ਉਹਨੇ ਕੁਝ ਗਲਤ ਕੰਮ ਕਰਿਆ ਵੀ ਉਹਨਾਂ ਡਰਦੇ ਨੇ ਉਹ ਦੁਬਾਰਾ ਨਹੀਂ ਕਰਨਗੇ ਕਿ ਮੇਰੇ ਪੇਰੈਂਟਸ ਦਾ ਯਕੀਨ ਟੁੱਟ ਜਾਏਗਾ ਜੀ ਹਾਂ ਜੀ ਆ ਨਹੀਂ ਜੀ ਆਖਿਰ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਖਿਰ ਜੋ ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਮਤਲਬ ਉਸੇ ਆਪਣੇ ਬੱਚਿਆਂ ਤੇ ਟਰਸਟ ਕਰੋ ਕੀ ਕਹਿ ਰਹੇ ਨੇ ਐਂਡ ਡੋਨਟ ਵਰੀ ਤੁਹਾਡੇ ਬੱਚੇ ਇਥੇ ਕੁਝ ਗਲਤ ਨਹੀਂ ਕਰਨਗੇ ਸਾਰੇ ਮੈਂ ਵੀ ਇੱਕ ਅੱਧਾ ਬੱਚਾ ਕੁਝ ਗਲਤ ਕਰਦਾ ਹੋਗਾ ਸਾਰੇ ਨਹੀਂ ਕਰਦੇ ਆਪਣੇ ਬੱਚੇ ਦਾ ਸਭ ਨੂੰ ਪਤਾ ਹੁੰਦਾ ਸੋ ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਮਤਲਬ ਹੈ ਫੇਥ ਇਨ ਯੋਰ ਚਿਲड्रन डोंਟ ਵਰੀ ਕੁਝ ਗਲਤ ਨਹੀਂ ਕਰਨਗੇ ਉਹ ਜੀ ਬਿਲਕੁਲ ਐਂਡ ਤਨਵਾਜੀ ਐਂਡ ਟੀਵੀ ਐਨਾਲਾਈਜ਼ ਦੇਖ ਰਹੇ ਸਭ ਦਰਸ਼ਕਾਂ ਨੂੰ ਦੁਬਾਰਾ ਤੋਂ ਇਹ ਰਿਕੁਐਸਟ ਏ ਕਿ ਅਗਰ ਤੁਸੀਂ ਕੋਈ ਵੀ ਸਵਾਲ ਤੁਹਾਡਾ ਸਾਡੇ ਇਸ ਸ਼ੋਅ ਦੇ ਨੈਕਸਟ ਸ਼ੋਅ ਦੇ ਲਈ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਾਂ ਸਾਨੂੰ ਸਾਡੇ ਫੋਨ ਨੰਬਰ 416991 3355 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਧੰਨਵਾਜੀ ਥੈਂਕ ਯੂ ਜੀ